ਮੈਂ ਆਪਣੇ ਘਰ ਬੈਠੀ ਅਤੇ ਸੋਸ਼ਲ ਮੀਡੀਆ ਸਕਰੋਲ ਕਰ ਰਹੀ ਸੀ ਅਤੇ ਅਚਾਨਕ ਆਪਾਂ ਦੋਨਾਂ ਨੇ ਦੇਖਿਆ ਕਿ ਆਪਾਂ ਇੱਦਾਂ ਸਾਰਾ ਕੁਛ ਪ੍ਰੋਟੈਸਟ ਚੱਲ ਰਿਹਾ, ਕਿਉਂਕਿ ਮੈਂ ਤਾਂ ਹਿੰਦੂ ਧਰਮ ਤੋਂ ਹਿੰਦੂ ਫੈਮਿਲੀ ਤੋਂ ਬਿਲੋਂਗ ਕਰਦੀ ਹਾਂ ਅਤੇ ਮੇਰੇ ਜਿਹੜੇ ਫਰੈਂਡ ਨੇ ਉਹ ਕਿਸਾਨ ਫੈਮਿਲੀ ਤੋਂ ਬਿਲੋਂਗ ਕਰਦੇ। ਮੈਂ ਕਿਹਾ ਉੱਥੇ ਨਾ ਕਿਸਾਨਾਂ ਦਾ ਇੱਦਾਂ ਹੋ ਰਿਹਾ, ਮੇਰੇ ਕੋਲ ਦੇਖਿਆ ਨਹੀਂ ਜਾ ਰਿਹਾ, ਕਿਉਂਕਿ ਆਪਾਂ ਦੋਨੋਂ ਨਰਸਿੰਗ ਸਟਾਫ ਰਹਿ ਚੁੱਕੇ ਹਾਂ ਅਤੇ ਸਾਡੇ ਮਨ 'ਚ ਦਇਆ ਭਾਵਨਾ ਸੀਗੀ ਅਤੇ ਅਸੀਂ ਦੋਨਾਂ ਨੇ ਸੋਚਿਆ ਕਿ ਸਾਨੂੰ ਉੱਥੇ ਪਹੁੰਚਣਾ ਚਾਹੀਦਾ ਇਹਨਾਂ ਦੀ ਸੇਵਾ ਲਈ। ਅਤੇ ਫਿਰ ਆਪਾਂ 13 ਤਰੀਕ ਜਿਸ ਦਿਨ ਪਹਿਲਾ ਦਿਨ ਸੀ ਮੋਰਚੇ ਦਾ, ਸਾਡੀ ਸਭ ਤੋਂ ਪਹਿਲਾਂ ਐਂਬੂਲੈਂਸ ਇੱਥੇ ਪਹੁੰਚ ਗਈ ਸੀ। ਆਪਾਂ ਫਸਟ ਏਡ ਰੈਡੀ ਕਰਕੇ ਆਪਾਂ 100-150 ਬੰਦੇ ਦੀ ਫਸਟ ਏਡ ਰੈਡੀ ਕੀਤੀ ਸੀਗੀ ਅਤੇ ਆਪਾਂ ਇੱਥੇ ਪਹੁੰਚੇ ਅਤੇ ਲਗਭਗ 3 ਤੋਂ 4 ਘੰਟਿਆਂ ਦੇ ਵਿੱਚ, 2 ਤੋਂ 3 ਘੰਟਿਆਂ ਦੇ ਵਿੱਚ ਹੀ ਉਹ ਸਾਰਾ ਸਮਾਨ ਲੱਗ ਗਿਆ ਸੀ। ਔਰ ਜਿੱਦਾਂ ਜਿੱਦਾਂ ਦਵਾਈ ਖਤਮ ਹੁੰਦੀ ਗਈ, ਬਾਬੇ ਨਾਨਕ ਦੀ ਇੰਨੀ ਮਿਹਰ ਹੋਈ ਕਿ ਕਿੱਦਾਂ ਦਵਾਈ ਕਿੱਥੋਂ ਆ ਜਾਂਦੀ ਹੈ ਕੁਛ ਨਹੀਂ ਪਤਾ ਲੱਗਦਾ, ਆਪਾਂ ਬਸ ਇੱਥੇ ਸੇਵਾ ਲਈ ਬੈਠੇ ਹਾਂ, ਸੇਵਾ 'ਚ ਜੁਟੇ ਹਾਂ ਇਹਨਾਂ ਦੀ। ਕਿਹਾ ਕਿ ਨਹੀਂ ਵਾਪਿਸ ਆਓ ਜਾਂ ਕੁਛ? ਮੇਰੇ ਫੈਮਿਲੀ ਤੋਂ ਮੈਨੂੰ ਕਾਲ ਆਇਆ ਸੀਗਾ ਕਿ ਤੂੰ ਕਿੱਥੇ ਹੈ, ਜਦੋਂ ਮੈਂ ਉਹਨਾਂ ਨੂੰ ਕਿਹਾ ਮੈਂ ਇੱਥੇ ਪਹੁੰਚ ਗਈ ਹਾਂ ਅਤੇ ਉਹਨਾਂ ਨੂੰ ਸੀਗਾ ਕਿ ਕਦੋਂ ਆਉਣਾ ਵਾਪਿਸ। ਮੈਂ ਕਿਹਾ ਹੁਣ ਤਾਂ ਮੋਰਚਾ ਫਤਿਹ ਕਰਕੇ ਹੀ ਆਵਾਂਗੇ ਵਾਪਸ। ਕੋਈ ਦੂਜਿਆਂ ਦੀ ਲੜਾਈ ਨਹੀਂ ਹੈ, ਇਕੱਲੇ ਕਿਸਾਨਾਂ ਦੀ ਲੜਾਈ ਨਹੀਂ ਹੈ, ਇਹ ਸਾਡੇ ਸਾਰਿਆਂ ਦੀ ਲੜਾਈ ਹੈ। ਇਹ ਕਿਸਾਨ ਵੀ ਜਿਹੜੇ ਨੇ ਉਹ ਸਾਡੇ ਲਈ ਹੀ ਲੜ ਰਹੇ ਨੇ। ਨੋ ਫਾਰਮਰਸ ਨੋ ਫੂਡ। ਜੇ ਨਹੀਂ, ਬਾਬਾ ਨਾਨਕ ਨੇ ਇਹਨਾਂ ਸਾਰਿਆਂ ਦੇ ਪੈਰਾਂ ਪਿੱਛੇ ਸਾਨੂੰ ਕਿੰਨੀਆਂ ਹੀ ਸਾਰਾ ਦੇ ਲੈਣੀਆਂ, ਹੈ ਨਾ? ਜੇ ਬਾਬਾ ਨਾਨਕ ਸਾਨੂੰ ਇੰਨੀਆਂ ਦੇਵੇ, ਆਪਾਂ ਸਾਰੀਆਂ ਸੇਵਾ ਚਲਾ ਦਈਏ। ਸਤਿ ਸ਼੍ਰੀ ਅਕਾਲ ਜੀ, ਪੰਜਾਬ ਨਿਊਜ਼ ਨਾਲ ਜੁੜੇ ਹੋ ਤੁਸੀਂ, ਮੈਂ ਤੁਹਾਡੇ ਨਾਲ ਖੁਸ਼ਬੂ ਸ਼ਰਮਾ, ਸਵਾਗਤ ਕਰਦੀ ਹਾਂ ਤੁਹਾਡਾ, ਉਮੀਦ ਕਰਦੀ ਹਾਂ ਤੁਸੀਂ ਠੀਕ ਠਾਕ ਹੋਵੋਗੇ। ਕਿਸਾਨੀ ਧਰਨੇ ਵਿੱਚ ਮੌਜੂਦ ਆ ਸ਼ੰਭੂ ਬਾਰਡਰ ਉੱਤੇ, ਤੁਸੀਂ ਦੇਖ ਰਹੇ ਹੋ ਇੱਕ ਭੈਣ ਬਹੁਤ ਜ਼ਿਆਦਾ ਵਾਇਰਲ ਹੋ ਰਹੇ ਨੇ, ਹੈਨਾ ਨਾਮ ਹੈ ਉਹਨਾਂ ਦਾ, ਜਲੰਧਰ ਤੋਂ ਸਪੈਸ਼ਲ ਪਹੁੰਚੇ ਨੇ, ਖੁਦ ਵੀ ਦੇਖ ਸਕਦੇ ਹੋ ਉਹਨਾਂ ਦੇ ਸੱਟ ਲੱਗੀ ਹੋਈ, ਐਕਸੀਡੈਂਟ ਕਹਿੰਦੇ 2 ਮਹੀਨੇ ਪਹਿਲਾਂ ਹੋਇਆ ਸੀਗਾ, ਤਾਂ ਵੀ ਜਜ਼ਬਾ ਦੇਖ ਸਕਦੇ ਹੋ ਕਿ ਇੱਥੇ ਪਹੁੰਚੇ ਨੇ। ਫਸਟ ਏਡ ਆਪਣਾ ਲੈ ਕੇ ਆਏ ਸੀ, ਹੁਣ ਹੈਲਪ ਕਰ ਰਹੇ ਨੇ ਉਹ, ਜਿਹੜੇ NGO ਵਾਲੇ ਨੇ ਸਾਰੇ ਇੱਥੇ ਪਹੁੰਚ ਰਹੇ ਨੇ, ਭੈਣ ਨੂੰ ਮਿਲ ਵੀ ਰਹੇ ਨੇ। ਥਾਰ ਲੈ ਕੇ ਆਏ ਹੋਏ ਹੋ ਤੁਸੀਂ, ਕਹਿੰਦੇ ਕਿ ਇੱਧਰ ਦੀਆਂ ਚੀਜ਼ਾਂ ਨੂੰ ਤਾਂ ਲੋਕ ਘਰੇ ਸਾਂਭ ਕੇ ਰੱਖਦੇ, ਵੀ ਕੁਛ ਹੋ ਨਾ ਜਾਵੇ, ਕਿੱਥੋਂ ਆਇਆ ਇੰਨਾ ਜਜ਼ਬਾ? ਅਸੀਂ ਜਿੱਦਾਂ ਮੇਰੇ ਕਲਾਸਮੇਟ ਨਵਦੀਪ ਔਰ ਮੈਂ, ਆਪਾਂ ਘਰ ਬੈਠੇ ਸੀਗੇ ਜਾਂ ਸੋਸ਼ਲ ਮੀਡੀਆ ਸਕਰੋਲ ਕਰਦੇ ਸੀ, ਜਿੱਦਾਂ ਕਿ ਤੁਸੀਂ ਕਿਹਾ ਦੱਸਿਆ ਕਿ ਮੈਂ ਐਕਸੀਡੈਂਟਲ ਹੋਈ ਸੀਗੀ ਅਤੇ ਮੈਂ ਆਪਣੇ ਆਫਿਸ ਤੋਂ ਛੁੱਟੀਆਂ ਲਈਆਂ ਹੋਈਆਂ ਸੀਗੀਆਂ ਅਤੇ ਮੈਂ ਆਪਣੇ ਘਰ ਬੈਠੀ ਅਤੇ ਸੋਸ਼ਲ ਮੀਡੀਆ ਸਕਰੋਲ ਕਰ ਰਹੀ ਸੀ ਅਤੇ ਅਚਾਨਕ ਆਪਾਂ ਦੋਨਾਂ ਨੇ ਦੇਖਿਆ ਕਿ ਆਪਾਂ ਇੱਦਾਂ ਸਾਰਾ ਕੁਛ ਪ੍ਰੋਟੈਸਟ ਚੱਲ ਰਿਹਾ, ਕਿਉਂਕਿ ਮੈਂ ਤਾਂ ਹਿੰਦੂ ਧਰਮ ਤੋਂ ਹਿੰਦੂ ਫੈਮਿਲੀ ਤੋਂ ਬਿਲੋਂਗ ਕਰਦੀ ਹਾਂ ਅਤੇ ਮੇਰੇ ਜਿਹੜੇ ਫਰੈਂਡ ਨੇ ਉਹ ਕਿਸਾਨ ਫੈਮਿਲੀ ਤੋਂ ਬਿਲੋਂਗ ਕਰਦੇ। ਮੈਂ ਕਿਹਾ ਉੱਥੇ ਨਾ ਕਿਸਾਨਾਂ ਦਾ ਇੱਦਾਂ ਹੋ ਰਿਹਾ, ਮੇਰੇ ਕੋਲ ਦੇਖਿਆ ਨਹੀਂ ਜਾ ਰਿਹਾ, ਕਿਉਂਕਿ ਆਪਾਂ ਦੋਨੋਂ ਨਰਸਿੰਗ ਸਟਾਫ ਰਹਿ ਚੁੱਕੇ ਹਾਂ ਅਤੇ ਸਾਡੇ ਮਨ 'ਚ ਦਇਆ ਭਾਵਨਾ ਸੀਗੀ ਅਤੇ ਅਸੀਂ ਦੋਨਾਂ ਨੇ ਸੋਚਿਆ ਕਿ ਸਾਨੂੰ ਉੱਥੇ ਪਹੁੰਚਣਾ ਚਾਹੀਦਾ ਇਹਨਾਂ ਦੀ ਸੇਵਾ ਲਈ। ਅਤੇ ਫਿਰ ਆਪਾਂ 13 ਤਰੀਕ ਜਿਸ ਦਿਨ ਪਹਿਲਾ ਦਿਨ ਸੀ ਮੋਰਚੇ ਦਾ, ਸਾਡੀ ਸਭ ਤੋਂ ਪਹਿਲਾਂ ਐਂਬੂਲੈਂਸ ਇੱਥੇ ਪਹੁੰਚ ਗਈ ਸੀ। ਆਪਾਂ ਫਸਟ ਏਡ ਰੈਡੀ ਕਰਕੇ ਆਪਾਂ 100-150 ਬੰਦੇ ਦੀ ਫਸਟ ਏਡ ਰੈਡੀ ਕੀਤੀ ਸੀਗੀ ਅਤੇ ਆਪਾਂ ਇੱਥੇ ਪਹੁੰਚੇ ਅਤੇ ਲਗਭਗ 3 ਤੋਂ 4 ਘੰਟਿਆਂ ਦੇ ਵਿੱਚ, 2 ਤੋਂ 3 ਘੰਟਿਆਂ ਦੇ ਵਿੱਚ ਹੀ ਉਹ ਸਾਰਾ ਸਮਾਨ ਲੱਗ ਗਿਆ ਸੀਗਾ। ਅਤੇ ਆਪਾਂ ਦੂਸਰੀ ਵਾਰ ਵੀ ਅਰੇਂਜਮੈਂਟ ਕੀਤਾ ਸਮਾਨ ਦਾ, ਹੈ ਨਾ? ਫਿਰ ਉਸ ਤੋਂ ਬਾਅਦ ਸਾਡਾ ਮਨ ਥੋੜ੍ਹਾ ਡੋਲ ਜਾ ਗਿਆ, ਕਿਉਂਕਿ ਆਪਾਂ ਜਾਣਾ ਨਹੀਂ ਚਾਹੁੰਦੇ ਸੀ ਵਾਪਸ। ਸਾਨੂੰ ਸੀਗਾ ਕਿ ਸੇਵਾ ਕਰਕੇ ਬਹੁਤ ਸੈਟਿਸਫੈਕਸ਼ਨ ਮਿਲ ਰਹੀ ਸੀ, ਖੁਸ਼ੀ ਮਿਲ ਰਹੀ ਸੀ, ਬਲੈਸਿੰਗਸ ਮਿਲ ਰਹੀਆਂ ਸੀ। ਅਤੇ ਫਿਰ ਉਸ ਤੋਂ ਬਾਅਦ ਸਾਨੂੰ ਜਿੱਦਾਂ ਲੋਕਾਂ ਨੇ ਕਾਫੀ, ਜਿੱਦਾਂ ਵੀਡੀਓਜ਼ ਵੀ ਉਸ ਤੋਂ ਬਾਅਦ ਵਾਇਰਲ ਹੋਈਆਂ, ਸਾਡਾ ਤਾਂ ਇੱਥੇ ਨੈੱਟ ਨਹੀਂ ਚੱਲ ਰਿਹਾ, ਸਾਨੂੰ ਨਹੀਂ ਪਤਾ, ਬਟ ਲੋਕ ਕਾਫੀ ਮਿਲਣ ਆਏ ਦੂਰੋਂ ਦੂਰੋਂ, ਅਲੱਗ ਅਲੱਗ ਜ਼ਿਲ੍ਹੇ ਤੋਂ ਆਏ, ਸਾਰਿਆਂ ਨੇ ਬਹੁਤ ਹੈਲਪ ਕੀਤੀ, ਕੁਛ ਸੰਸਥਾਵਾਂ ਨੇ ਵੀ ਹੈਲਪ ਕੀਤੀ। ਔਰ ਜਿੱਦਾਂ ਜਿੱਦਾਂ ਦਵਾਈ ਖਤਮ ਹੁੰਦੀ ਗਈ, ਬਾਬੇ ਨਾਨਕ ਦੀ ਇੰਨੀ ਮਿਹਰ ਹੋਈ ਕਿ ਕਿੱਦਾਂ ਦਵਾਈ ਕਿੱਥੋਂ ਆ ਜਾਂਦੀ ਹੈ ਕੁਛ ਨਹੀਂ ਪਤਾ ਲੱਗਦਾ, ਆਪਾਂ ਬਸ ਇੱਥੇ ਸੇਵਾ ਲਈ ਬੈਠੇ ਔਰ ਸੇਵਾ 'ਚ ਜੁਟੇ ਹਾਂ ਇਹਨਾਂ ਦੀ। ਘਰੋਂ ਨਹੀਂ ਰੋਕਿਆ ਕਿ ਖੁਦ ਦਾ ਤੁਹਾਡੇ ਇੱਦਾਂ ਸੱਟ ਲੱਗੀ ਹੋਈ ਹੈ, ਨਹੀਂ ਜਾਣਾ? ਕੁੜੀਆਂ ਨੂੰ ਤਾਂ ਸਪੈਸ਼ਲ ਕਹਿੰਦੇ ਹੁੰਦੇ ਆ, ਘਰੋਂ ਰੋਕਿਆ ਕਿਸੇ ਨੇ ਕਿ ਨਹੀਂ? ਨਹੀਂ, ਮੈਂ ਆਪਣੀ ਫੈਮਿਲੀ ਨੂੰ ਦੱਸਿਆ ਹੀ ਨਹੀਂ ਸੀਗਾ। ਮੈਂ ਇੱਥੇ ਪਹੁੰਚ ਗਈ, ਸਾਡਾ ਇੱਦਾਂ ਸੀਗਾ ਕਿ ਆਪਾਂ ਸੋਚਿਆ ਸੀ ਕਿ ਆਪਾਂ ਇੱਕ ਦਿਨ ਦਾ ਸਮਾਨ ਲੈ ਕੇ ਸੀ, ਸਾਨੂੰ ਸੀਗਾ ਕਿ ਆਪਾਂ ਥੋੜ੍ਹੀ ਸੇਵਾ ਕਰਕੇ
ਵਾਪਸ ਚਲੇ ਜਾਵਾਂਗੇ। ਉੱਪਰ ਜਦੋਂ ਦੇਖਿਆ ਇਹ ਸਾਰਾ ਕੁਛ, ਉੱਤੋਂ ਵੀਡੀਓ ਵੀ ਵਾਇਰਲ ਹੋ ਗਈ ਔਰ ਉਸ ਤੋਂ ਬਾਅਦ ਸਾਡਾ ਵੀ ਆਪ ਦਾ ਵੀ ਜੀ ਨਹੀਂ ਸੀਗਾ ਜਾਣ ਦਾ, ਅਤੇ ਸਾਨੂੰ ਬਸ ਇਹ ਸੀਗਾ ਕਿ ਕਿਸ ਤਰ੍ਹਾਂ ਆਪਾਂ ਅੱਗੇ ਵਧੀਏ ਹੁਣ। ਪਰ ਉਹ ਬਾਬਾ ਨਾਨਕ ਜੀ ਨੇ ਇੰਨੀ ਮਿਹਰ ਕੀਤੀ, ਆਪਣੇ ਆਪ ਹੀ ਸਬੱਬ ਬਣ ਗਿਆ, ਆਪਾਂ ਇੱਥੇ ਰੁਕੇ ਹਾਂ, ਇਹਨਾਂ ਦੀ ਸੇਵਾ ਵਿੱਚ ਜੁਟੇ ਹਾਂ, ਸਾਰਿਆਂ ਕਿਸਾਨਾਂ ਦਾ, ਜ਼ਖਮੀ ਕਿਸਾਨਾਂ ਦਾ ਆਪਾਂ ਟ੍ਰੀਟਮੈਂਟ ਕਰ ਰਹੇ ਹਾਂ। ਔਰ ਹੁਣ ਤਾਂ ਕੀ ਕਹਿੰਦੇ, ਚਲੋ ਪਹਿਲਾਂ ਜਦੋਂ ਆਪਾਂ ਇੱਥੇ ਪਹੁੰਚੇ ਸੀ ਉਦੋਂ ਕੋਈ ਮੈਡੀਕਲ ਟੀਮ ਇੰਨੀਆਂ ਨਹੀਂ ਸੀ, ਹੁਣ ਤਾਂ ਹੋਰ ਵੀ ਸੰਸਥਾਵਾਂ ਨੇ, ਆਪਣੇ ਕਿਸਾਨ ਵੀਰਾਂ ਨੇ, ਸਿੱਖਾਂ ਨੇ ਖੋਲ੍ਹ ਲਏ ਨੇ ਕੈਂਪ, ਆਪਣੇ ਮੈਡੀਕਲ ਕੈਂਪ ਖੋਲ੍ਹ ਲਏ ਨੇ। ਔਰ ਹੁਣ ਸਾਡਾ ਥੋੜ੍ਹਾ ਜਿਹਾ ਜਿੱਦਾਂ ਘੱਟ ਸਮੇਂ ਦੇ ਵਿੱਚ ਜ਼ਿਆਦਾ ਕਿਸਾਨਾਂ ਦਾ, ਜ਼ਖਮੀ ਕਿਸਾਨਾਂ ਦਾ ਇਲਾਜ ਜਲਦ ਤੋਂ ਜਲਦ ਹੋ ਪਾ ਰਿਹਾ, ਜੋ ਕਿ ਬਹੁਤ ਖੁਸ਼ੀ ਦੀ ਵੀ ਗੱਲ ਹੈ। ਔਰ ਅੱਗੇ ਨਾਲੋਂ ਥੋੜ੍ਹਾ ਇਹਨਾਂ ਦਾ ਵੀ ਪ੍ਰਭਾਵ ਘੱਟ ਹੈਗਾ ਪੁਲਿਸੀਆਂ ਦਾ। ਜਦੋਂ ਆਪਾਂ ਪਹਿਲੇ 2 ਦਿਨ ਆਏ ਸੀ, ਬਹੁਤ ਗੰਦੇ ਤਰੀਕੇ ਨਾਲ ਇੰਜਰਡ ਹੋ ਕੇ ਸਾਡੇ ਕੋਲ ਆ ਰਹੇ ਸੀਗੇ ਉਸ ਟਾਈਮ। ਮੇਰੇ ਫੈਮਿਲੀ ਤੋਂ ਮੈਨੂੰ ਕਾਲ ਆਇਆ ਸੀਗਾ ਕਿ ਤੂੰ ਕਿੱਥੇ ਹੈ, ਜਦੋਂ ਮੈਂ ਉਹਨਾਂ ਨੂੰ ਕਿਹਾ ਮੈਂ ਇੱਥੇ ਪਹੁੰਚ ਗਈ ਹਾਂ, ਅਤੇ ਉਹਨਾਂ ਨੂੰ ਸੀਗਾ ਕਿ ਕਦੋਂ ਆਉਣਾ ਵਾਪਸ, ਮੈਂ ਕਿਹਾ ਹੁਣ ਤਾਂ ਮੋਰਚਾ ਫਤਿਹ ਕਰਕੇ ਹੀ ਆਵਾਂਗੇ ਵਾਪਸ। ਸਪੋਰਟ ਕਰ ਰਹੇ ਨੇ ਯਾਨੀ? ਹਾਂਜੀ, ਪਹਿਲਾਂ ਥੋੜ੍ਹੇ ਜਿਹੇ ਡਰੇ ਤਾਂ ਹੋਏ ਸੀਗੇ ਕਿਉਂਕਿ ਐਜ਼ ਅ ਗਰਲ, ਬਟ ਮੇਰੇ ਫਰੈਂਡ ਨੇ ਮੈਨੂੰ ਬਹੁਤ ਸਪੋਰਟ ਕੀਤਾ, ਨਵਦੀਪ ਨੇ, ਉਹਨਾਂ ਨੇ ਕਿਹਾ ਕਿ ਕੋਈ ਨਹੀਂ ਮੈਂ ਤੇਰੀ ਵੀ ਕੇਅਰ ਕਰੂੰਗਾ, ਤੂੰ ਉੱਥੇ ਚੱਲ ਪੈ ਮੇਰੇ ਨਾਲ, ਜੇ ਤੇਰੇ ਮਨ 'ਚ ਸੇਵਾ ਆਇਆ ਤਾਂ ਤੂੰ ਉੱਥੇ ਸੇਵਾ ਕਰ, ਆਪਾਂ ਦੋਨੋਂ ਰਲ ਮਿਲ ਕੇ ਇਕੱਠੇ ਸੇਵਾ ਕਰਾਂਗੇ, ਕੋਈ ਨਹੀਂ। ਬਾਬਾ ਨਾਨਕ ਨੇ ਆਪੇ ਹੀ ਹਿੰਮਤ ਦੇ ਦੇਣੀ, ਔਰ ਦਿੱਤੀ ਵੀ ਹੈ। ਆਪਣੇ ਬਜ਼ੁਰਗਾਂ ਵੱਲ ਦੇਖ ਕੇ, ਆਪਣੀ ਨੌਜਵਾਨ ਪੀੜ੍ਹੀ ਵੱਲ ਦੇਖ ਕੇ ਇੰਨਾ ਜਜ਼ਬਾ ਜਾਗਿਆ, ਇੰਨੀ ਹਿੰਮਤ ਜਾਗੀ ਕਿ ਆਪਾਂ ਇੱਥੇ ਉਹਨਾਂ ਦੀ ਸੇਵਾ ਲਈ ਬੈਠੇ ਹਾਂ। ਇੱਕ ਕੁੜੀ ਹੋਣ ਦੇ ਨਾਤੇ ਬਹੁਤ ਸਾਰੀਆਂ ਦਿੱਕਤਾਂ ਹੈ ਨਾ ਆਉਂਦੀਆਂ, ਉਹਦੇ ਵਾਸ਼ਰੂਮ ਦਾ ਪ੍ਰਬੰਧ ਇੰਨਾ ਨਹੀਂ ਹੈਗਾ, ਤਾਂ ਉਹ ਚੀਜ਼ਾਂ ਤੁਸੀਂ ਕੀ ਫੇਸ ਕਰ ਰਹੇ ਹੋ ਫਿਰ? ਆਪਾਂ ਪਹਿਲਾਂ ਤਾਂ 3 ਦਿਨ ਬਿਲਕੁਲ ਵੀ ਨਾ ਤਾਂ ਨਹਾਤੇ ਨਾ ਹੀ ਸੁੱਤੇ, ਅਤੇ ਪਹਿਲਾਂ 2 ਦਿਨ ਤਾਂ ਆਪਾਂ ਆਪਣੀ ਗੱਡੀ 'ਚ ਹੀ, ਪਹਿਲਾਂ ਮਤਲਬ ਰਾਤ ਤੱਕ ਤਾਂ ਆਪਾਂ ਜਾਗਦੇ ਹੀ ਰਹਿੰਦੇ ਸੀ ਗੱਡੀ 'ਚ, ਹੈ ਨਾ, ਬੈਠੇ ਰਹਿੰਦੇ। ਫਿਰ ਆਪਾਂ ਮਗਰ ਨੂੰ ਜਾਈਦਾ ਸੀ ਦੇਖਣ ਕਿ ਕਿਤੇ ਕਿਸੇ ਨੂੰ ਲੋੜ ਤਾਂ ਨਹੀਂ, ਬਸ ਇੱਦਾਂ 3 ਦਿਨ ਗੱਡੀ 'ਚ ਹੀ ਕੱਟੇ, ਨਾ ਤਾਂ ਸੁੱਤੇ ਨਾ ਨਹਾਤੇ। ਫਿਿਰ ਜਦੋਂ ਸੰਸਥਾਵਾਂ ਨੂੰ ਥੋੜ੍ਹਾ ਪਤਾ ਲੱਗਾ, ਇੱਥੇ ਨੇੜੇ ਦੇ ਭਾਈ ਵੀਰਾਂ ਨੂੰ ਪਤਾ ਲੱਗਾ, ਉਹ ਇੱਥੇ ਆਏ, ਉਹਨਾਂ ਨੇ ਵਾਸ਼ਰੂਮ ਦਾ ਅਰੇਂਜਮੈਂਟ ਕੀਤਾ, ਆਪਾਂ ਕੱਲ੍ਹ ਦੁਪਹਿਰੇ ਜਾ ਕੇ ਨਹਾ ਕੇ ਆਏ ਸੀਗੇ। ਔਰ ਵਾਸ਼ਰੂਮ ਲਈ ਮੇਰੇ ਫਰੈਂਡ ਮੈਨੂੰ ਫਿਰ ਇੱਥੇ ਲਾਗੇ ਢਾਬਾ ਆ, ਉੱਥੇ ਹੀ ਲੈ ਜਾਂਦੇ ਸੀ, ਉੱਥੋਂ ਮੈਂ ਵਾਸ਼ਰੂਮ ਕਰਕੇ ਫਿਰ ਆਪਾਂ ਵਾਪਸ ਆ ਜਾਂਦੇ ਹਾਂ। ਇੱਦਾਂ ਥੋੜ੍ਹਾ ਚੱਲ ਰਿਹਾ ਆਪਣਾ। ਬਹੁਤ ਵਧੀਆ ਜਜ਼ਬਾ। ਅੱਛਾ, ਜਿਹੜੇ ਘਰ ਬੈਠੇ ਨੇ, ਤੁਸੀਂ ਇੰਜਰਡ ਹੋ ਕੇ ਵੀ ਉਰੇ ਪਹੁੰਚੇ ਹੋਏ ਹੋ, ਹੈ ਨਾ? ਮੈਂ ਹੋਰ ਵੀਡੀਓ ਕੀਤੀ, ਉੱਥੇ ਹੈਂਡੀਕੈਪ ਭਾਜੀ ਨੇ, ਉਹ ਵੀ ਪਹੁੰਚੇ ਹੋਏ ਨੇ, 3-3, 4-4 ਜਣੇ। ਕਹਿੰਦਾ ਮਤਲਬ, ਉਹ ਕਹਿੰਦੇ ਕਿ ਅਸੀਂ ਮੋਟੀਵੇਟ ਕਰੇ ਕਿ ਜੇ ਅਸੀਂ ਆ ਸਕਦੇ ਤਾਂ ਕੋਈ ਵੀ ਆ ਸਕਦਾ। ਬਿਲਕੁਲ, ਮੈਂ ਘਰ ਬੈਠੇ ਆਪਣੇ ਸਾਰੇ ਵੀਰਾਂ ਨੂੰ, ਭੈਣਾਂ ਨੂੰ ਕਹੂੰਗੀ ਕਿ ਦੇਖੋ, ਇਹ ਕੋਈ ਦੂਜਿਆਂ ਦੀ ਲੜਾਈ ਨਹੀਂ ਹੈ, ਇਕੱਲੇ ਕਿਸਾਨਾਂ ਦੀ ਲੜਾਈ ਨਹੀਂ ਹੈ, ਇਹ ਸਾਡੇ ਸਾਰਿਆਂ ਦੀ ਲੜਾਈ ਹੈ। ਇਹ ਕਿਸਾਨ ਵੀ ਜਿਹੜੇ ਨੇ ਉਹ ਸਾਡੇ ਲਈ ਹੀ ਲੜ ਰਹੇ ਨੇ, ਨੋ ਫਾਰਮਰਸ ਨੋ ਫੂਡ। ਜੇ ਆਪਾਂ ਇਹਨਾਂ ਦੀ ਮਦਦ ਕਰਾਂਗੇ, ਇਹ ਸਾਡੇ ਲਈ ਲੜੂਗੇ, ਜੇ ਇਹ ਆ ਲੜਾਈ ਜਿੱਤਦੇ ਨੇ ਤਾਂ ਫਾਇਦਾ ਸਾਨੂੰ ਵੀ ਹੋਏਗਾ, ਅਤੇ ਜਿਹੜੇ ਕਿਸਾਨ ਤਾਂ ਹੈ ਹੀ ਹੈ, ਅਤੇ ਜਿਹੜੇ ਘਰ ਵੀ ਬੈਠੇ ਭਾਈ ਨੇ ਔਰ ਮੇਰੀਆਂ ਭੈਣਾਂ ਨੇ, ਉਹਨਾਂ ਨੂੰ ਵੀ ਇੱਥੇ ਪਹੁੰਚਣਾ ਚਾਹੀਦਾ, ਇੱਥੇ ਆ ਕੇ ਸਾਥ ਦੇਣਾ ਚਾਹੀਦਾ ਸਾਡਾ, ਔਰ ਹਿੰਮਤ ਨੂੰ ਔਰ ਜਜ਼ਬੇ ਨੂੰ ਜਿਹੜਾ ਆ ਉਹਨਾਂ ਨੂੰ ਵਧਾਉਣਾ ਚਾਹੀਦਾ, ਤਾਂ ਕਿ ਆਪਾਂ ਹੋਰ ਵੀ ਵਧੀਆ ਤਰੀਕੇ ਨਾਲ ਲੜੀਏ ਔਰ ਇਹਦੇ ਮੋਰਚੇ ਦੇ ਵਿੱਚ ਫਤਿਹ ਕਰੀਏ ਅਤੇ ਕਾਮਯਾਬੀ ਹਾਸਿਲ ਕਰੀਏ। ਬਹੁਤ ਵਧੀਆ, ਬਹੁਤ ਹਿੰਮਤ ਦੇ ਰਹੇ ਹੋ ਤੁਸੀਂ, ਅਤੇ ਬਹੁਤ ਵਧੀਆ, ਇੱਦਾਂ ਹੀ ਲੱਗੇ ਰਹੋ, ਜਜ਼ਬਾ ਕਾਇਮ ਰਹੇ ਤੁਹਾਡਾ। ਅਤੇ ਇੱਕ ਥਾਰ ਦਾ ਸਵਾਲ ਰਹਿ ਗਿਆ, ਇਹ ਜਿੱਦਾਂ ਪਹੁੰਚੇ ਹੋਏ ਲੈ ਕੇ, ਡਰ ਰਹਿੰਦਾ ਮਨ 'ਚ ਕੁਛ ਇਹਦੇ ਲਈ? ਨਹੀਂ, ਇੱਦਾਂ ਦੀ ਗੱਲ ਨਹੀਂ ਹੈ। ਪਹਿਲਾਂ ਤਾਂ ਇਹ ਤਾਂ ਸ਼ੁਰੂ ਤੋਂ ਸਾਰੇ ਯੂਥ ਦੀ ਫੇਵਰੇਟ ਰਹੀ ਹੈ ਇਹ, ਮੇਰੇ ਐਕਚੁਲੀ ਇਹ ਮੇਰੀ ਆਪਣੀ ਪਰਸਨਲ ਤਾਂ ਨਹੀਂ ਹੈ, ਮੇਰੇ ਫਰੈਂਡ ਦੀ ਹੈ, ਨਵਦੀਪ ਦੀ, ਅਤੇ ਉਹਨਾਂ ਨੇ ਇੱਕ ਵਾਰ ਵੀ ਨਹੀਂ ਸੋਚਿਆ, ਜਦਕਿ ਉਹਨਾਂ ਨੂੰ ਆਪਣੀ ਗੱਡੀ ਨਾਲ ਇੰਨਾ ਪਿਆਰ ਆ, ਬਟ ਉਹਨਾਂ ਨੇ ਇੱਕ ਵਾਰ ਵੀ ਨਹੀਂ ਸੋਚਿਆ ਕਿ ਇਹਨੂੰ ਕੁਛ ਹੋਊਗਾ। ਅਸੀਂ ਕਿਹਾ ਨਹੀਂ, ਪਤਾ ਨਹੀਂ ਬਾਬਾ ਨਾਨਕ ਨੇ ਇਹਨਾਂ ਸਾਰਿਆਂ ਦੇ ਪੈਰਾਂ ਪਿੱਛੇ ਸਾਨੂੰ ਕਿੰਨੀਆਂ ਹੀ ਸਾਰਾ ਦੇ ਲੈਣੀਆਂ, ਹੈ ਨਾ, ਜੇ ਬਾਬਾ ਨਾਨਕ ਸਾਨੂੰ ਇੰਨੀਆਂ ਦੇਵੇ, ਆਪਾਂ ਸਾਰੀਆਂ ਸੇਵਾ ਚਲਾ ਦਈਏ।
ਤਾਂ ਦੇਖ ਲਓ ਕੁੜੀ ਦਾ ਜਜ਼ਬਾ ਅਤੇ ਕਹਿੰਦੇ ਕਿ ਜੇ ਉਹ ਪਹੁੰਚ ਇੱਕ ਵਾਰ ਭੈਣ ਦੇ ਦਿਖਾ ਦਿਓ ਕਿ ਕਿੱਦਾਂ ਬੈਠੇ ਹੋਏ ਨੇ। ਬਹੁਤ ਹਿੰਮਤ ਵਾਲੀ ਗੱਲ ਹੈ ਤੁਸੀਂ ਇੱਦਾਂ ਬੈਠੇ ਹੋ। ਧੰਨਵਾਦ ਤੁਹਾਡਾ, ਤੁਸੀਂ ਸਾਰਿਆਂ ਨੇ ਬਹੁਤ ਪਿਆਰ ਬਖਸ਼ਿਆ। ਮੇਰੇ ਹੋਰ ਵੀ ਇੱਥੇ ਜਿਹੜੇ ਵੀਰ ਆਏ ਹੋਏ ਨੇ, ਬਜ਼ੁਰਗ ਆਏ ਹੋਏ, ਉਹਨਾਂ ਨੇ ਵੀ ਬਹੁਤ ਆਸ਼ੀਰਵਾਦ ਦਿੱਤਾ, ਬਹੁਤ ਪਿਆਰ ਬਖਸ਼ਿਆ। ਦੂਰੋਂ ਦੂਰੋਂ ਜ਼ਿਲ੍ਹੇ ਤੋਂ ਸਪੈਸ਼ਲ ਵੀ ਲੋਕ ਮੈਨੂੰ ਇੱਥੇ ਮਿਲਣ ਆਏ, ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ। ਦਿਲੋਂ ਧੰਨਵਾਦ ਕਰਦੀ ਹਾਂ। ਇੱਦਾਂ ਦੀ ਖੁਸ਼ੀ ਪਹਿਲਾਂ ਕਦੇ ਹੋਈ? ਕਦੀ ਵੀ ਨਹੀਂ ਹੋਈ। ਇੰਨੀ ਜ਼ਿਆਦਾ ਸੈਟੀਸਫੈਕਸ਼ਨ, ਜੋ ਬਲੈਸਿੰਗ ਖੱਟ ਕੇ ਸੈਟੀਸਫੈਕਸ਼ਨ ਮਿਲਦੀ ਹੈ ਨਾ ਮੈਨੂੰ, ਉਹ ਕਿਤੇ ਜੋਬ ਕਰਕੇ ਸੈਲਰੀ ਕਮਾ ਕੇ ਨਹੀਂ ਮਿਲਦੀ। ਜਿੰਨੀ ਸੈਟੀਸਫੈਕਸ਼ਨ ਇੱਥੇ ਆਸ਼ੀਰਵਾਦ ਲੈਣ ਨਾਲ, ਪਿਆਰ ਲੈਣ ਨਾਲ ਮਿਲਦੀ ਹੈ। ਵੀਡੀਓ ਨੂੰ ਤੁਸੀਂ ਵੀ ਸ਼ੇਅਰ ਕਰਿਓ, ਇਹ ਵੀਡੀਓ ਹੋਰਾਂ ਤੱਕ ਪਹੁੰਚਾਓ ਕਿ ਇੱਕ ਕੁੜੀ ਇੱਥੇ ਪਹੁੰਚੀ ਹੋਈ ਹੈ। ਬਹੁਤ ਜ਼ਿਆਦਾ ਕੁੜੀਆਂ ਨਹੀਂ ਉਰੇ ਪਹੁੰਚੀਆਂ, ਪਰ ਦੇਖ ਸਕਦੇ ਹੋ ਕਿ ਭੈਣ ਆਏ ਹੋਏ ਨੇ, ਤਾਂ ਇੱਕ ਮੋਟੀਵੇਸ਼ਨ ਹੈ ਕਿ ਤੁਸੀਂ ਇਹ ਦੇਖ ਕੇ ਜ਼ਰੂਰ ਇੱਥੇ ਪਹੁੰਚੋ ਅਤੇ ਜ਼ਰੂਰ ਸਾਥ ਦਿਓ। ਵੀਡੀਓ ਨੂੰ ਸ਼ੇਅਰ ਕਰੋ, ਬਣੇ ਰਹੋ ਸਾਡੇ ਨਾਲ। ਧੰਨਵਾਦ।